ਨਾਮ ਜੀ ਵਾਹਿਗੁਰੂ ਸਾਹਿਬ ਜੀਉ ਜਿਸ ਕਉ ਹਰਿ ਪ੍ਰਭ ਮਨ ਚਿਤ ਆਵੈ ਸੋ ਸੰਤ ਸੋਹੇਲਾ ਨਹੀਂ ਡੋਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੁ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ 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 ਸੀਜਿਆ ਗੁਰ ਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਅੰਦਰ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨੋ, ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਲੜੀਵਾਰ ਜੋ ਵਿਚਾਰ ਆਪਾਂ ਕਰ ਰਹੇ ਹਾਂ, ਥੋੜ੍ਹੀ ਜਿਹੀ ਸੁਰਤ ਆਪਾਂ ਫਿਰ ਪਿੱਛੇ ਲੈ ਕੇ ਚੱਲੀਏ। ਤੋ ਇਹ 14ਵੀਂ ਜਿਹੜੀ ਅਸ਼ਟਪਦੀ ਹੈ ਉਸਦੀ ਇਹ 5ਵੀਂ ਪੌੜੀ ਦਾ ਪਾਠ ਆਪਾਂ ਸੰਗਤੀ ਰੂਪ ਦੇ ਵਿੱਚ ਉਚਾਰਨ ਕੀਤਾ, ਨਾਲ ਸਰਵਨ ਵੀ ਕੀਤਾ ਹੈ। ਇਹ 14ਵੀਂ ਅਸ਼ਟਪਦੀ ਦੀ 5ਵੀਂ ਪੌੜੀ ਹੈ। ਅੱਜ ਗੁਰਮੁਖੋ ਆਪਾਂ ਇਹਦੀ ਵਿਚਾਰ ਕਰਾਂਗੇ। ਇੱਕ ਵਾਰ ਨਾ ਸਾਰੀਆਂ ਸੰਗਤਾਂ ਉਚਾਰਨ ਕਰੋ, ਵਾਹਿਗੁਰੂ ਵਾਹਿਗੁਰੂ। ਅੱਛਾ ਨਾ, ਇੱਕ ਪਤਾ ਨਹੀਂ ਮੈਨੂੰ ਕਹਿਣਾ ਚਾਹੀਦਾ ਜਾਂ ਨਹੀਂ ਕਹਿਣਾ ਚਾਹੀਦਾ, ਪਰ ਮੈਨੂੰ ਲੱਗਦਾ ਹੁੰਦਾ ਵੀ ਅਸੀਂ ਗੁਰਸਿੱਖ ਪਰਿਵਾਰ ਬੈਠੇ ਹਾਂ। ਇੱਕ ਜਿਹੜਾ ਗੁਰਮੁਖੋ ਕੀਰਤਨ ਆ ਨਾ, ਕੀਰਤਨ ਅੱਖਾਂ ਬੰਦ ਕਰਕੇ ਸੁਣਿਆ ਕਰੋ ਅਤੇ ਕਥਾ ਅੱਖਾਂ ਖੋਲ੍ਹ ਕੇ ਸੁਣਿਆ ਕਰੋ। ਦੇਖੋ ਮੈਨੂੰ ਨਹੀਂ ਲੱਗਦਾ ਵੀ ਮੈਂ ਸਹੀ ਕਹਿ ਰਿਹਾ ਜਾਂ ਨਹੀਂ, ਹਰ ਇੱਕ ਦੀ ਆਪੋ ਆਪਣੀ ਅਵਸਥਾ ਹੁੰਦੀ ਹੈ ਮਨ ਦੀ, ਪਰ ਯਤਨ ਕਰਿਆ ਕਰੋ ਇਹਦਾ। ਕਿਉਂਕਿ ਜਿਹੜੀ ਕੀ ਕਥਾ ਨਾ, ਕਥਾ ਇੱਕ ਕਲਾਸ ਹੈ ਗੁਰਮਤਿ ਦੀ, ਕੀਰਤਨ ਇੱਕ ਬੰਦਗੀ ਹੈ ਪਰਮਾਤਮਾ ਦੀ। ਫਰਕ ਹੈ ਦੋਨਾਂ ਦੇ ਵਿੱਚ। ਕੀਰਤਨ ਕੀ ਹੈ? ਕੀਰਤਨ ਉਸ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਹੈ। ਬੰਦਗੀ ਹਮੇਸ਼ਾ ਨੇਤਰ ਬੰਦ ਕਰਕੇ ਕਰੀਏ, ਸੁਰਤ ਜੁੜਦੀ ਹੈ।
ਕਥਾ ਬੰਦਗੀ ਨਹੀਂ ਹੈ, ਕਿਉਂਕਿ ਕਥਾ ਕਰਨ ਵਾਲੇ ਦਾ ਜੋ ਕਰਨ ਵਾਲਾ ਹੁੰਦਾ ਨਾ, ਉਹਦੇ ਵਿੱਚ ਬਹੁਤ ਸਾਰੇ ਵਿਚਾਰ ਉਹਦੇ ਆਪਣੇ ਹੁੰਦੇ ਆ, ਆਪਣੇ ਤਰੀਕੇ ਨਾਲ ਹੁੰਦੇ ਆ। ਗੁਰਬਾਣੀ ਕੀਰਤਨ ਵਿੱਚ ਕੁਛ ਵੀ ਕੀਰਤਨਕਾਰ ਦਾ ਆਪਣਾ ਨਹੀਂ ਹੁੰਦਾ, ਜੋ ਕੁਛ ਹੁੰਦਾ ਉਹ ਗੁਰੂ ਦੀ ਬਾਣੀ ਦਾ ਹੁੰਦਾ। ਕਥਾ ਵਿੱਚ ਕੁਛ ਵਿਚਾਰ ਕਰਨ ਵਾਲੇ ਦੇ ਆਪਣੇ ਵੀ ਹੁੰਦੇ ਆ, ਇਸ ਕਰਕੇ ਹੀ ਕਥਾਕਾਰ ਹਮੇਸ਼ਾ ਕਹਿੰਦਾ ਸਾਧ ਸੰਗਤ ਜੋ ਗੱਲਾਂ ਗੁਰੂ ਦੀਆਂ ਲੱਗੀਆਂ ਮਨ 'ਚ ਵਸਾਇਓ ਜੇ, ਜੋ ਮੇਰੀਆਂ ਲੱਗੀਆਂ ਛੱਡ ਦਿਓ ਜੇ। ਇੱਦਾਂ ਕਿਹਾ ਜਾਂਦਾ ਨਾ ਕਥਾ ਦੇ ਵਿੱਚ, ਪਰ ਕੀਰਤਨ ਵਿੱਚ ਨਹੀਂ ਇੱਦਾਂ ਕਹਿ ਸਕਦੇ, ਕਿਉਂਕਿ ਸਾਰੀ ਗੱਲ ਗੁਰੂ ਦੀ ਹੁੰਦੀ ਹੈ। ਤੋ ਜੇ ਨੋਟ ਗਿਣਦੇ ਹਾਂ ਅਤੇ ਅੱਖਾਂ ਖੋਲ੍ਹ ਕੇ ਗਿਣਦੇ ਹਾਂ, ਖਾਣਾ ਖਾਂਦੇ ਹਾਂ ਅਤੇ ਅੱਖਾਂ ਖੋਲ੍ਹ ਕੇ ਖਾਂਦੇ ਹਾਂ, ਅਤੇ ਕਥਾ ਵੀ ਅੱਖਾਂ ਖੋਲ੍ਹ ਕੇ ਸੁਣ ਲਿਆ ਕਰੀਏ, ਕਿਉਂਕਿ ਮੈਨੂੰ ਇੰਝ ਲੱਗਦਾ ਵੀ ਸੁਸਤ ਜਿਹੇ ਬੈਠੇ ਹੋ ਸਾਰੇ। ਅਸਲ ਨਾ ਤੁਹਾਨੂੰ ਨਹੀਂ, ਮੈਨੂੰ ਲੱਗਦਾ ਹੁੰਦਾ ਵੀ ਇੰਝ ਆਈ ਕੰਟੈਕਟ ਰਹੇਗਾ ਅਤੇ ਉਹ ਗੱਲ ਜ਼ਿਆਦਾ ਬਣਦੀ ਹੈ। ਜਿਵੇਂ ਸਮਝਾਉਣ ਵਾਲਾ ਟੀਚਰ ਪੜ੍ਹਾ ਰਿਹਾ ਹੋਵੇ ਅਤੇ ਬੱਚਾ ਅੱਖ ਬੰਦ ਕਰਕੇ ਬੈਠਾ ਹੋਵੇ, ਗੱਲ ਨਹੀਂ ਨਾ ਬਣਨੀ ਉੱਦਾਂ। ਤੂੰ ਯਤਨ ਕਰਿਆ ਕਰੋ, ਤੁਹਾਡੀ ਸੁਰਤ ਜੁੜੀ ਹੁੰਦੀ ਆ ਪਰ ਮੇਰੀ ਟੁੱਟ ਜਾਂਦੀ ਆ ਸੁਰਤ, ਔਰ ਜਿੰਨੀ ਤੁਹਾਡੀ ਸੁਰਤ ਮੇਰੇ ਵੱਲ ਹੋਵੇਗੀ ਓਨੀ ਜਿਹੜੀ ਕਥਾ ਹੈ ਉਹ ਹੋਰ ਵਧੀਆ ਤਰੀਕੇ ਨਾਲ ਹੋਣੀ ਹੈ। ਤੋ ਇੱਕ ਵਾਰ ਉਚਾਰਨ ਕਰੋ, ਵਾਹਿਗੁਰੂ ਵਾਹਿਗੁਰੂ, ਜਿਸ ਕਉ ਹਰਿ ਪ੍ਰਭ ਮਨ ਚਿੱਤ ਆਵੈ। ਇੱਥੋਂ ਅੱਜ ਆਪਾਂ ਆਰੰਭ ਕਰਨਾ ਹੈ, ਜਿਸ ਕਉ, ਜਿਸ ਮਨੁੱਖ ਨੂੰ ਵੀ ਹਰਿ ਪ੍ਰਭ ਹਰੀ ਵਾਹਿਗੁਰੂ ਪਰਮੇਸ਼ਰ ਮਨ ਚਿੱਤ ਆਵੈ। ਮਨ ਵਿੱਚ ਵੀ ਆਉਂਦਾ, ਚੇਤੇ ਵਿੱਚ ਵੀ ਆਉਂਦਾ। ਹੁਣ ਦੋ ਗੱਲਾਂ ਨੇ, ਬੜੇ ਧਿਆਨ ਨਾਲ ਸਮਝੋ ਜੀ। ਜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਦੇ ਮਨ ਔਰ ਚਿੱਤ ਵੱਖਰਾ ਵੱਖਰਾ ਉਚਾਰਨ ਕੀਤਾ ਤਾਂ ਇਹਦਾ ਅਰਥ ਵੱਖਰਾ ਹੀ ਹੈ। ਇੱਕ ਬਚਨ ਗੁਰੂ ਤੇਗ ਬਹਾਦਰ ਸਾਹਿਬ ਦਾ ਆਉਂਦਾ ਗੁਰਮੁਖੋ, ਥੋੜ੍ਹਾ ਤੁਹਾਨੂੰ ਗੱਲ ਪਕੜ 'ਚ ਆਏਗੀ ਮਨ ਚਿੱਤ ਵਿੱਚ ਫਰਕ ਕੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕ ਪੜ੍ਹਦੇ ਹਾਂ ਅਸੀਂ। ਇੱਕ ਸਲੋਕ ਹੈ, ਸਲੋਕ ਨੰਬਰ 45 ਜਾਂ 46 ਨੰਬਰ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ। ਸਵਾਮੀ ਕੈ ਗ੍ਰਹਿ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਧ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇੱਕ ਮਨ ਹੋਏ ਇੱਕ ਚਿੱਤ, ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਇਸ ਤਰ੍ਹਾਂ ਨਾਲ ਉਸ ਪਰਮਾਤਮਾ ਦਾ ਭਜਨ ਕਰ ਜਿਵੇਂ ਇੱਕ ਕੂਕਰ ਆਪਣੇ ਸਵਾਮੀ ਦੇ ਦੁਆਰੇ ਉੱਤੇ ਕਰਦਾ ਹੈ। ਹੁਣ ਉੱਥੇ ਦੋ ਗੱਲਾਂ ਕਹੀਆਂ, ਇੱਕ ਮਨ ਹੋਏ ਇੱਕ ਚਿੱਤ, ਦੋ ਗੱਲਾਂ, ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਕਰਦਾ। ਅਸਲ ਵਿੱਚ ਕੁਛ ਗੱਲਾਂ ਸਾਡੇ ਮਨ ਵਿੱਚ ਹੁੰਦੀਆਂ ਨੇ, ਕੁਛ ਗੱਲਾਂ ਸਾਡੇ ਮਨ ਵਿੱਚ ਤਾਂ ਹੁੰਦੀਆਂ ਨੇ ਪਰ ਸਮੇਂ ਉੱਤੇ ਕਈ ਵਾਰ ਚੇਤੇ ਵਿੱਚੋਂ ਭੁੱਲ ਜਾਂਦੀਆਂ। ਨੁਕਤਾ ਬੜੇ ਧਿਆਨ ਯਤਨ ਕਰਦਾ ਵੀ ਸੌਖੇ ਤਰੀਕੇ ਨਾਲ ਸਮਝ ਗਏ ਆਪਾਂ। ਕੁਛ ਗੱਲਾਂ ਸਾਡੇ ਮਨ ਵਿੱਚ ਤਾਂ ਹੁੰਦੀਆਂ ਨੇ ਪਰ ਸਮੇਂ ਉੱਤੇ ਆ ਕੇ ਚੇਤੇ ਵਿੱਚੋਂ ਭੁੱਲ ਜਾਂਦੀਆਂ ਨੇ। ਜਿਵੇਂ ਸੌਖਾ ਲੈ ਲਓ ਆਪਾਂ ਵੀ ਘਰੋਂ ਆਪਾਂ ਨੂੰ ਘਰਦਿਆਂ ਨੇ ਬਾਜ਼ਾਰ ਭੇਜਿਆ ਸਬਜ਼ੀ ਲੈਣ ਵਾਸਤੇ, ਉਹ ਅਸੀਂ ਹਰ ਗੱਲ ਨੂੰ ਸਮਝ ਲਿਆ ਨਾ, ਸਮਝ ਲਿਆ
ਪਤਾ ਲੱਗ ਗਿਆ ਵੀ ਹਾਂ ਆਹ ਚੀਜ਼ਾਂ ਮੈਂ ਚੇਤੇ ਕਰ ਲਈਆਂ ਨੇ ਜੀ, ਮੇਰੇ ਮਨ ਵਿੱਚ ਹੈ ਨੇ ਇਹ ਚੀਜ਼ਾਂ, ਮੈਂ ਲੈ ਕੇ ਆਉਣੀਆਂ ਨੇ। ਪਰ ਬਾਜ਼ਾਰ ਵਿੱਚੋਂ 5 ਚੇਤੇ ਕਰ ਗਏ ਸੀ, 3 ਵਿੱਚੋਂ ਵਿਸਰ ਗਈਆਂ। ਦੁਲੇ ਘਰ 'ਚੋਂ ਵਾਪਸ ਆ ਗਏ, ਘਰਦਿਆਂ ਨੇ ਪੁੱਛਿਆ ਵੀ 3 ਕਿੱਥੇ ਹੈ, ਉਹ ਮੇਰੇ ਚੇਤੇ ਵਿੱਚ ਨਹੀਂ ਰਹਿ ਗਈਆਂ, ਚੇਤੇ ਵਿੱਚੋਂ ਵਿਸਰ ਗਈਆਂ। ਇਹਦਾ ਅਰਥ ਕੀ ਬਣਦਾ? ਜੋ ਕੁਛ ਸਾਡੇ ਮਨ ਵਿੱਚ ਹੈ ਉਹ ਸਾਡੇ ਚੇਤੇ ਵਿੱਚ ਵੀ ਹੋਣਾ ਚਾਹੀਦਾ। ਕਈ ਵਾਰ ਹੁੰਦਾ ਨਹੀਂ, ਅੱਜ ਕੱਲ੍ਹ ਸੀਜ਼ਨ ਚੱਲਦਾ ਪਿਆ ਵਿਆਹਾਂ ਦਾ, ਕਈ ਵਾਰ ਉਹ ਇੱਦਾਂ ਹੁੰਦਾ ਜਿਹੜੀ ਲੜਕੇ ਦੀ ਮਾਂ ਹੁੰਦੀ ਹੈ ਨਾ, 2-3 ਬੱਚੇ ਹੋਣ ਘਰ ਦੇ, ਉਹ ਕਈ ਵਾਰ ਉਹ ਵਿਆਹ ਦੇ ਵਿੱਚ ਆਸੇ ਪਾਸੇ ਦੀਆਂ ਨੋਹਾਂ ਦੇ ਕੋਲ ਰਸਮਾਂ ਕਰਾਈ ਜਾਏਗੀ, ਆਪਣੀ ਨੂੰ ਭੁੱਲ ਹੀ ਜਾਂਦੀ ਹੁੰਦੀ ਕਈ ਵਾਰ। ਉਹ ਕਹਿੰਦੀ ਬੇਬੇ ਮੈਨੂੰ ਭੁੱਲ ਹੀ ਗਈ ਤੂੰ, ਹੁੰਦਾ ਨਾ ਇੱਦਾਂ, ਉਹ ਤਾਂ ਤੇਰਾ ਚੇਤਾ ਹੀ ਨਹੀਂ ਰਿਹਾ ਮੈਨੂੰ, ਦਿਲ ਵਿੱਚ ਤਾਂ ਤੂੰ ਹੀ ਹੈ ਮੇਰੇ, ਦਿਲ ਵਿੱਚ ਤਾਂ ਤੂੰ ਹੀ ਸਭ ਤੋਂ ਪਹਿਲਾਂ ਮੇਰੇ, ਪਰ ਪੁੱਤ ਤੇਰਾ ਚੇਤਾ ਹੀ ਭੁੱਲ ਗਿਆ। ਇਹਦਾ ਅਰਥ ਜੋ ਕੁਛ ਸਾਡੇ ਮਨ ਵਿੱਚ ਹੈ ਉਹ ਸਾਡੇ ਚੇਤੇ ਵਿੱਚ ਵੀ ਹੋਣਾ ਚਾਹੀਦਾ। ਇੱਦਾਂ ਜਿਵੇਂ ਅਸੀਂ ਗੁਰੂ ਕੇ ਸਿੱਖ ਹਾਂ, ਸਾਡਾ ਸਿਰ ਕੇਵਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੱਗੇ ਹੀ ਝੁਕਣਾ ਚਾਹੀਦਾ। ਇਹ ਮੇਰੇ ਮਨ ਵਿੱਚ ਤਾਂ ਹੈ, ਪਰ ਇਹਨੂੰ ਮੈਂ ਸਦਾ ਚੇਤੇ ਵਿੱਚ ਵੀ ਰੱਖਣਾ ਹੈ, ਸਦਾ ਇਹਨੂੰ ਆਪਣੀ ਚਿੰਤਨ ਵਿੱਚ ਵੀ ਰੱਖਣਾ ਹੈ ਵੀ ਹਾਂ ਸਿਰ ਝੁਕਣਾ ਨਹੀਂ ਚਾਹੀਦਾ। ਤੋ ਇਹ 2 ਵੱਖੋ ਵੱਖਰੇ ਨੇ, ਇੱਕ ਮਨ ਹੈ ਇੱਕ ਚੇਤਾ ਹੈ। ਗੁਰੂ ਦਾ ਪਿਆਰ ਸਾਡੇ ਮਨ ਵਿੱਚ ਹੈ, ਚੇਤੇ ਵਿੱਚ ਵੀ ਹੋਣਾ ਚਾਹੀਦਾ। ਪ੍ਰਭੂ ਦਾ ਸਿਮਰਨ ਸਾਡੇ ਮਨ ਵਿੱਚ ਤਾਂ ਹੈ, ਪਰ ਸਾਡੇ ਚੇਤੇ ਵਿੱਚੋਂ ਕਈ ਵਾਰ ਵਿਸਰ ਜਾਂਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਪਰਮੇਸ਼ਰ ਮਨ ਵਿੱਚ ਵੀ ਹੋਣਾ ਚਾਹੀਦਾ, ਚਿੱਤ ਚੇਤੇ ਵਿੱਚ ਵੀ ਹੋਣਾ ਚਾਹੀਦਾ। ਜਿਸ ਕਾ ਹਰ ਪ੍ਰਭ ਮਨ ਚਿੱਤ ਆਵੈ, ਜਿਹਦੇ ਮਨ ਵਿੱਚ ਵੀ ਹੈ ਅਤੇ ਚੇਤੇ ਵਿੱਚ ਵੀ ਸਦਾ ਵਾਹਿਗੁਰੂ ਰਹਿੰਦਾ, ਉਹਦੀ ਅਵਸਥਾ ਕੈਸੀ ਹੈ? ਸੋ ਸੰਤ, ਉਹ ਹੈ ਸੰਤ। ਹੁਣ ਦੇਖੋ ਆ ਸੰਤ ਦੀ ਪਰਿਭਾਸ਼ਾ, ਕੌਣ ਹੁੰਦਾ ਸੰਤ? ਸੋ ਸੰਤ, ਉਹ ਸੰਤ ਹੈ। ਕੌਣ ਹੈ? ਜਿਹਦੇ ਮਨ ਵਿੱਚ ਵੀ ਹੈ ਚੇਤੇ ਵਿੱਚ ਵੀ ਹਰੀ ਪਰਮੇਸ਼ਰ ਵਾਹਿਗੁਰੂ ਹੈ। ਸੰਤ ਸੁਹੇਲਾ, ਸੁਹੇਲਾ ਦਾ ਸੁਖੀ, ਸੁਹੇਲਾ ਕੀ ਹੁੰਦਾ? ਸਦਾ ਸੁਖੀ ਰਹਿਣ ਵਾਲਾ, ਨਹੀਂ ਡੋਲਾਵੈ, ਨਾ ਡੋਲਣ ਵਾਲਾ। ਜਿਸ ਦੇ ਮਨ ਚੇਤੇ ਵਿੱਚ ਵਾਹਿਗੁਰੂ ਪਰਮੇਸ਼ਰ ਸਦਾ ਰਹਿੰਦਾ ਉਹ ਸੰਤ ਹੈ, ਉਹ ਸੁਹੇਲਾ, ਸਦਾ ਸੁਖੀ ਰਹਿਣ ਵਾਲਾ। ਨਹੀਂ ਡੋਲਾਵੈ, ਉਹ ਕਦੇ ਵੀ ਫਿਰ ਨਹੀਂ ਡੋਲਦਾ ਹੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਜਿਸ ਉੱਤੇ ਵਾਹਿਗੁਰੂ ਪਰਮੇਸ਼ਰ ਆਪਣੀ ਕਿਰਪਾ ਕਰਦੇ ਹਨ। ਸੋ ਸੇਵਕ, ਉਹ ਸੇਵਕ ਹੈ। ਦੇਖੋ ਡੈਫੀਨੇਸ਼ਨ ਆ ਨਾ ਇਹ, ਕੌਣ ਹੈ ਸੇਵਕ? ਜਿਸ ਪ੍ਰਭ ਆਪਣਾ, ਬੋਲੋ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਜਿਹਦੇ ਉੱਤੇ ਵਾਹਿਗੁਰੂ ਪਰਮੇਸ਼ਰ ਆਪਣੀ ਕਿਰਪਾ ਕਰਦੇ ਹਨ। ਸੋ ਸੇਵਕ, ਉਸ ਵਾਹਿਗੁਰੂ ਪਰਮੇਸ਼ਰ ਦਾ ਸੇਵਕ ਹੈ, ਸੇਵਾਦਾਰ ਹੈ। ਆਹ ਹੈ ਸੇਵਾਦਾਰ ਦੀ ਨਿਸ਼ਾਨੀ, ਆਹ ਹੈ ਗੁਰੂ ਕੇ ਸਿੱਖ ਦੀ ਨਿਸ਼ਾਨੀ, ਉਹਦੇ ਉੱਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੋਈ ਹੈ। ਸੋ ਸੇਵਕ, ਹੁਣ ਸੇਵਕ ਦਾ ਪਤਾ ਕਿਵੇਂ ਲੱਗਦਾ? ਅਗਲਾ ਬਚਨ ਸਮਝੋ ਜੇ,
ਵੀ ਇਹ ਗੁਰੂ ਕਾ ਸੇਵਕ ਹੈ, ਇਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੈ, ਪਤਾ ਕਿਵੇਂ ਲੱਗੇ? ਕਹੋ ਕਿਸ 'ਤੇ ਡਰ ਹੈ, ਆਹ ਨਿਸ਼ਾਨੀ ਹੈ। ਕਹੋ ਦਾ ਅਰਥ ਕਹੋ ਭਾਈ, ਦੱਸੋ ਭਾਈ, ਕਿਸੇ ਤੋਂ ਡਰਦਾ ਹੈ? ਉਹ ਅਰਥ ਕਿਸੇ ਤੋਂ ਵੀ ਨਹੀਂ ਡਰਦਾ। ਜਿਹਦੇ ਉੱਤੇ ਵਾਹਿਗੁਰੂ ਜੀ ਆਪਣੀ ਕਿਰਪਾ ਕਰਦੇ ਹਨ, ਉਹੀ ਵਾਹਿਗੁਰੂ ਦਾ ਸੇਵਕ ਹੈ। ਨਿਸ਼ਾਨੀ ਕੀ ਹੈ? ਕਹੋ ਕਿਸ 'ਤੇ ਡਰ ਹੈ, ਦੱਸੋ ਫਿਰ। ਉਹ ਭਾਈ ਕਿਸੇ ਤੋਂ ਡਰਦਾ ਥੋੜ੍ਹਾ ਹੀ ਹੈ, ਭਾਵ ਉਹ ਇੱਕ ਵਾਹਿਗੁਰੂ ਤੋਂ ਨਹੀਂ ਡਰਦਾ। ਇਹ ਗੁਰਮੁਖੋ ਨਿਸ਼ਾਨੀ ਹੈ, ਵਾਹਿਗੁਰੂ ਦੀ ਕਿਰਪਾ ਕਿਹਦੇ ਉੱਪਰ ਹੈ? ਅਤੇ ਜਿਹੜਾ ਬੰਦਾ ਥਾਂ ਥਾਂ 'ਤੇ ਝੁਕਦਾ, ਥਾਂ ਥਾਂ ਉੱਤੇ ਬਦਲਦਾ, ਥਾਂ ਥਾਂ ਉੱਤੇ ਆਪਣਾ ਦੀਨ ਇਮਾਨ ਛੱਡਦਾ, ਅਤੇ ਬੰਦਾ ਦਾਅਵਾ ਕਰੇ ਵੀ ਆਪਾਂ ਸੇਵਕ ਹੁੰਦੇ ਹਾਂ ਜੀ, ਇਹਦਾ ਅਰਥ ਨਹੀਂ ਭਾਈ, ਤੂੰ ਸੇਵਕ ਨਹੀਂ ਹੈ। ਸੇਵਕ ਦੀ ਨਿਸ਼ਾਨੀ ਇਹ ਹੈ, ਕਹੋ ਕਿਸ 'ਤੇ ਡਰ ਹੈ, ਉਹ ਕਿਸੇ ਤੋਂ ਵੀ ਡਰਦਾ ਨਹੀਂ ਇੱਕ ਵਾਹਿਗੁਰੂ ਤੋਂ ਬਿਨਾਂ। ਜੈਸਾ ਸਾ ਤੈਸਾ ਦ੍ਰਿਸਟਾਇਆ, ਬਹੁਤ ਕੀਮਤੀ ਬਚਨ ਪਾਤਸ਼ਾਹ ਨੇ ਕਿਹਾ। ਜੈਸਾ ਸਾ, ਜਿਹੋ ਜਿਹਾ ਵਾਹਿਗੁਰੂ ਪਰਮੇਸ਼ਰ ਹੈ, ਤੈਸਾ ਦ੍ਰਿਸਟਾਇਆ, ਵੈਸਾ ਹੀ ਮੈਨੂੰ ਦ੍ਰਿਸ਼ਟਮਾਨ ਹੋ ਗਿਆ। ਕੀ ਗੁਰਮੁਖੋ ਵੈਸਾ ਹੁੰਦਾ ਕਦੇ? ਦੇਖੋ ਇਹ ਕਦੋਂ ਹੋਏਗਾ? ਜਿਹੋ ਜਿਹਾ ਉਹ ਵਾਹਿਗੁਰੂ ਹੈ, ਮੈਨੂੰ ਉਹੋ ਜਿਹਾ ਹੀ ਉਹ ਵਾਹਿਗੁਰੂ ਦਿਖ ਗਿਆ। ਕੈਸਾ ਹੈ ਉਹ ਵਾਹਿਗੁਰੂ? ਰੂਪ ਨ ਰੇਖ ਨ ਰੰਗ ਕੇ ਛਤਰੇ ਗੁਣ ਤੇ ਪ੍ਰਭ ਭਿੰਨ ਭਿੰਨ ਕੀ ਹੁੰਦਾ? ਵੱਖਰਾ। ਉਹ ਰੂਪ ਤੋਂ ਉਹ ਰੰਗ ਤੋਂ ਵੱਖਰਾ ਹੈ, ਉਹਦਾ ਕੋਈ ਰੂਪ ਰੰਗ ਨਹੀਂ ਹੈ। ਉਹ ਵਾਹਿਗੁਰੂ ਜਿਹੋ ਜਿਹਾ ਹੈ, ਮੈਨੂੰ ਉਹੋ ਜਿਹਾ ਦਿਖਦਾ। ਕਈ ਵਾਰ ਨਾ ਇੱਦਾਂ ਹੁੰਦਾ, ਇੱਕ ਨੁਕਤਾ ਸਮਝੋ ਬੇਨਤੀ। ਕਈ ਗੁਰਸਿੱਖ ਇੱਦਾਂ ਕਹਿੰਦੇ ਨੇ, ਭਾਈ ਸਾਹਿਬ ਮੈਨੂੰ ਨਾ ਸੁਪਨੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਸ਼ਨ ਹੋਏ। ਕਈ ਇੱਦਾਂ ਦੇ ਮਿਲ ਜਾਂਦੇ ਨੇ ਗੁਰਸਿੱਖ, ਤੁਸੀਂ ਪੁੱਛ ਕੇ ਦੇਖੋ ਉਹਨਾਂ ਨੂੰ ਵੀ ਗੁਰੂ ਸਾਹਿਬ ਕਿਹੋ ਜਿਹੇ ਸਨ। ਪੁੱਛੋ ਨਾ, ਜਿਹੜੇ ਸੁਪਨੇ 'ਚ ਗੁਰੂ ਸਾਹਿਬ ਜੀ ਆਏ ਉਹ ਕਿੱਦਾਂ ਦੇ ਸਨ? ਉਹ ਕਹਿਣਗੇ ਪੱਕੀ 100% ਗਰੰਟੀ ਹੈ, ਜਿੱਦਾਂ ਦੀ ਅਸੀਂ ਫੋਟੋ ਦੇਖਦੇ ਹਾਂ, ਜਿੱਦਾਂ ਦੀ ਅਸੀਂ ਗੁਰੂ ਸਾਹਿਬ ਜੀ ਦੀ ਫੋਟੋ ਦੇਖਦੇ ਹਾਂ ਸੁਪਨੇ ਵਿੱਚ ਵੀ ਉਹੋ ਜਿਹੇ ਆਉਣਗੇ ਨਾ। ਕਦੇ ਨਾ ਗੁਰਮੁਖੋ ਤੁਸੀਂ ਥਾਈਲੈਂਡ ਜਾਓ, ਤੁਹਾਡੇ ਵਿੱਚੋਂ ਬਹੁਤੇ ਗੁਰਸਿੱਖ ਗਏ ਹੋਣਗੇ ਉੱਥੇ ਨਾ ਥਾਈਲੈਂਡ। ਮੈਂ 2 ਸਾਲ ਪਹਿਲਾਂ ਭਾਈ ਰਾਜਦੀਪ ਸਿੰਘ ਜੀ ਆਪਣੇ ਉੱਥੇ ਹੀ ਨੇ ਅਤੇ ਮੈਂ ਉਹਨਾਂ ਕੋਲ ਗਿਆ ਸਾਂ। ਅਸੀਂ ਚਲੇ ਗਏ ਬਾਜ਼ਾਰ ਇੱਦਾਂ ਘੁੰਮਣ ਵਾਸਤੇ, ਅਤੇ ਥਾਈਲੈਂਡ ਵਿੱਚ ਨਾ ਹਿੰਦੂ ਦੇਵੀ ਦੇਵਤਿਆਂ ਦੀਆਂ ਬੜੀ ਜਿਹੜੀ ਆ ਪੂਜਾ ਕੀਤੀ ਜਾਂਦੀ ਹੈ, ਬਹੁਤ ਵੱਡੇ ਵੱਡੇ ਮੰਦਰ ਬਣੇ ਨੇ। ਜੇ ਤੁਸੀਂ ਧਿਆਨ ਨਾਲ ਦੇਖੋ ਨਾ, ਹੁਣ ਜਿਹੋ ਜਿਹੀ ਬੰਦੇ ਦੀ ਬਿਰਤੀ ਬੰਦਾ ਉਹੋ ਜਿਹੀ ਗੱਲ ਹੀ ਦੇਖਦਾ ਹੋਣਾ, ਆਪਣੀ ਬਿਰਤੀ ਉੱਦਾਂ ਦੀ ਬਣ ਗਈ ਆਪਾਂ ਉੱਦਾਂ ਹੀ ਦੇਖਣਾ। ਅਸੀਂ ਨਾ ਉੱਥੇ ਸ਼੍ਰੀ ਕ੍ਰਿਸ਼ਨ ਦੀਆਂ ਮੂਰਤੀਆਂ ਦੇਖੀਆਂ, ਜਿਹੜੇ ਸ਼੍ਰੀ ਕ੍ਰਿਸ਼ਨ ਜੀ ਸਾਡੇ ਇੱਥੇ ਦਿਖਾਏ ਜਾਂਦੇ ਨੇ ਉਹਨਾਂ ਦੇ ਨੈਣ ਨਕਸ਼ ਕੁਛ ਹੋਰ ਹੁੰਦੇ ਨੇ। ਜਿਹੜਾ ਥਾਈਲੈਂਡ ਵਾਲਾਂ ਦਾ ਸ਼੍ਰੀ ਕ੍ਰਿਸ਼ਨ ਆ, ਉਹਨਾਂ ਦਾ ਨੱਕ ਮਿੱਡਾ ਹੈ, ਇੱਦਾਂ ਨੱਕ ਆ, ਅਤੇ ਜਿਹੜੇ ਸਾਡੇ ਕ੍ਰਿਸ਼ਨ ਜੀ ਨੇ ਉਹਦਾ ਨੱਕ ਇੱਦਾਂ ਤਿੱਖਾ ਨੱਕ ਹੈ ਨਾ, ਇੱਦਾਂ ਅੱਖਾਂ ਮੋਟੀਆਂ ਨੇ ਸ਼੍ਰੀ ਕ੍ਰਿਸ਼ਨ ਜੀ ਦੀਆਂ। ਜਿਹੜਾ ਕ੍ਰਿਸ਼ਨ ਥਾਈਲੈਂਡ ਵਾਲਿਆਂ ਦਾ, ਅੱਖਾਂ ਵੀ ਨਿੱਕੀਆਂ ਨੇ ਅਤੇ ਨੱਕ ਵੀ ਮਿੱਡਾ ਉਹਨਾਂ ਦਾ। ਹੁਣ ਇਹੋ ਜਿਹਾ ਕਿਉਂ ਹੋ ਗਿਆ ਜੀ? ਕਿਉਂਕਿ ਜਿਹੋ ਜਿਹਾ ਅਸੀਂ ਸੋਚਦੇ ਹਾਂ ਸਾਡਾ ਪਰਮੇਸ਼ਰ ਉਹੋ ਜਿਹਾ ਹੀ ਬਣ ਜਾਂਦਾ ਹੈ।
ਉਹਨਾਂ ਦੇ ਆਪਣੇ ਨੱਕ ਅੱਖਾਂ ਨਿੱਕੀਆਂ ਹੁੰਦੀਆਂ ਅਤੇ ਨੱਕ ਫਿੱਡੇ ਜਿਹੇ ਹੁੰਦੇ ਆ। ਉਹਨਾਂ ਨੇ ਆਪਣੇ ਭਗਵਾਨ ਦੀ ਮੂਰਤੀ ਵੀ ਉਹ ਜਿਹੀ ਬਣਾ ਲਈ। ਤੁਸੀਂ ਕਦੇ ਜਾਓ ਨਾ ਥਾਈਲੈਂਡ, ਵੇਖੋ ਜੇ ਧਿਆਨ ਦੇ ਨਾਲ। ਤੋ ਇਹਦਾ ਅਰਥ ਕੀ ਬਣਿਆ? ਜਿਹੋ ਜੇ ਸਾਡੇ ਚਿੰਤਨ ਵਿੱਚ ਕੋਈ ਚੀਜ਼ ਹੁੰਦੀ ਹੈ ਉਹ ਜਿਹਾ ਹੀ ਅਸੀਂ ਬਾਹਰੀ ਤੌਰ 'ਤੇ ਦੇਖਦੇ ਹਾਂ। ਕਈ ਵਾਰ ਨਾ ਜਦੋਂ ਕਿਸੇ ਬੀਬੀ ਨੂੰ ਇਹ ਖਬਰ ਮਿਲਦੀ ਹੈ ਵੀ ਵਾਹਿਗੁਰੂ ਨੇ ਤੁਹਾਡੀ ਗੋਦ ਨੂੰ ਭਰ ਦਿੱਤਾ, ਘਰ ਵਿੱਚ ਔਲਾਦ ਆਏਗੀ, ਉਹ ਘਰ 'ਚ ਨਾ ਤਸਵੀਰਾਂ ਲਾਈਆਂ ਜਾਂਦੀਆਂ। ਇੱਦਾਂ ਹੁੰਦਾ ਕਿਉਂਕਿ ਪਰਿਵਾਰਾਂ ਵਾਲੇ ਆਪਾਂ। ਤੁਸੀਂ ਕਦੇ ਨਹੀਂ ਦੇਖਿਆ ਹੋਣਾ ਵੀ ਕਿਸੇ ਬੀਬੀ ਜਾਂ ਕਿਸੇ ਪਰਿਵਾਰ ਨੇ ਆਪਣੇ ਘਰ ਦੇ ਵਿੱਚ ਕਿਸੇ ਕਾਲੇ ਰੰਗ ਦੇ ਬੱਚੇ ਦੀ ਤਸਵੀਰ ਲਾਈ ਹੋਵੇ। ਅਜੇ ਦੇਖਿਆ ਜੀ ਐਸਾ? ਨਹੀਂ ਦੇਖਿਆ ਨਾ, ਕਿਉਂਕਿ ਸਾਡੇ ਚਿੱਤ ਚੇਤੇ ਕਿੱਦਾਂ ਦਾ ਬੱਚਾ ਹੁੰਦਾ, ਬਸ ਉੱਦਾਂ ਦੀ ਲਾਉਂਦੇ ਹਾਂ ਅਸੀਂ ਇੱਦਾਂ ਕਰਕੇ। ਤੋ ਗੁਰੂ ਪਾਤਸ਼ਾਹ ਕਹਿੰਦੇ ਤੂੰ ਦੇਖ ਜੈਸਾ ਸਾਹ, ਜਿਹੋ ਜਿਹਾ ਅਸਲ ਵਿੱਚ ਪਰਮਾਤਮਾ ਹੈ ਤੈਸਾ ਦ੍ਰਿਸ਼ਟਾਇਆ, ਤੈਨੂੰ ਉਹੋ ਜਿਹਾ ਦ੍ਰਿਸ਼ਟਮਾਨ ਹੋ ਜਾ, ਤੈਨੂੰ ਦਿਖਿਆ ਉਹੋ ਜਿਹਾ। ਤੋ ਬਹੁਤਾਂਤ ਜਵਾਬ ਹੋਏਗਾ, ਨਹੀਂ ਪਾਤਸ਼ਾਹ, ਮੈਨੂੰ ਤਾਂ ਵੱਖੋ ਵੱਖਰੇ ਰੰਗਾਂ ਵਾਲਾ ਦਿਸਦਾ, ਵੱਖੋ ਵੱਖਰੇ ਰੂਪਾਂ ਵਾਲਾ ਦਿਖਦਾ, ਵੱਖੋ ਵੱਖਰੀਆਂ ਤਸਵੀਰਾਂ ਵਾਲਾ ਵਿਖਦਾ। ਪਰ ਪਾਤਸ਼ਾਹ ਕਹਿੰਦੇ ਨਹੀਂ ਭਾਈ, ਇਹਦਾ ਅਰਥ ਅਜੇ ਤੂੰ ਆਪਣੀ ਸਿਆਣਪ ਨੂੰ ਨਹੀਂ ਛੱਡਿਆ, ਕਿਉਂਕਿ ਜਿਹੜੀ ਪੂਰੀ ਅਸ਼ਟਪਦੀ ਹੈ ਉਹਦਾ ਕੇਂਦਰੀ ਭਾਵ ਕੀ ਹੈ? ਤਜੋ ਸਿਆਣਪ ਸੁਰਜਨੋ, ਉਹ ਭੁੱਲਣਾ ਨਹੀਂ ਹੈ। ਜਿਹੜਾ ਸਲੋਕ ਹੈ ਉਹ ਪੂਰੀ ਅਸ਼ਟਪਦੀ ਦਾ ਕੇਂਦਰੀ ਭਾਵ ਹੈ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ, ਮਨ ਰੱਖੋ ਨਾਨਕ ਦੁੱਖ ਭਰਮ ਭਉ ਜਾਏ। ਉਹ ਕੇਂਦਰੀ ਭਾਵ ਉਹੀ ਹੈ ਜਿਹੜਾ ਉਹ ਸਾਡੀਆਂ ਅੱਖਾਂ ਸਾਹਮਣੇ, ਜਿਹੜਾ ਸਾਡਾ ਵਾਹਿਗੁਰੂ ਹੈ ਉਹ ਸਾਡੀ ਸਿਆਣਪ ਵਿੱਚੋਂ ਨਿਕਲਿਆ, ਅਸਲ ਵਿੱਚ ਵੈਸਾ ਨਹੀਂ ਹੈ। ਤੋ ਪਾਤਸ਼ਾਹ ਕਹਿੰਦੇ ਜੈਸਾ ਸਾ ਤੈਸਾ ਦ੍ਰਿਸ਼ਟਾਇਆ। ਤੋ ਸਭ ਤੋਂ ਪਹਿਲਾਂ ਕੀ ਹੈ ਕਿ ਜਿਹੋ ਜਿਹਾ ਉਹ ਵਾਹਿਗੁਰੂ ਹੈ ਉਹ ਜਿਹਾ ਹੀ ਦ੍ਰਿਸ਼ਟਮਾਨ ਹੁੰਦਾ, ਪਰ ਅਸਲ ਵਿੱਚ ਕੀ ਹੈ ਕਿ ਉਹ ਵਾਹਿਗੁਰੂ ਪਰਮੇਸ਼ਰ ਰੰਗ ਰੂਪ ਸਰੀਰ ਕਾਇਆ ਤੋਂ ਰਹਿਤ ਹੈ ਗੁਰਮੁਖੋ। ਆਪਣੇ ਕਾਰਜ ਮੈਂ, ਪਰ ਕੈਸਾ ਦ੍ਰਿਸ਼ਟਮਾਨ ਹੈ ਉਹ, ਆਪਣੇ ਕਾਰਜ ਮੈਂ ਆਪ ਸਮਾਇਆ। ਉਹਦਾ ਕਾਰਜ ਕੀ ਹੈ? ਕਾਰਜ ਕੀ ਹੁੰਦਾ? ਕੰਮ। ਉਹ ਆਪਣੇ ਕਾਰਜ ਵਿੱਚ ਸਮਾਇਆ ਹੋਇਆ, ਉਹਦਾ ਕੋਈ ਰੂਪ ਰੰਗ ਨਹੀਂ ਹੈ, ਬਾਹਰੀ ਅੱਖਾਂ ਦੇ ਨਾਲ ਉਹ ਦ੍ਰਿਸ਼ਟਮਾਨ ਨਹੀਂ ਹੈ। ਉਹਦੀ ਪਹਿਚਾਣ ਕੀ ਹੈ? ਉਹ ਆਪਣੇ ਕਾਰਜ ਵਿੱਚ, ਉਹਦਾ ਕਾਰਜ ਕੀ ਹੈ? ਇਹ ਸਾਰਾ ਸੰਸਾਰ ਉਹਦਾ ਕਾਰਜ ਹੀ ਤਾਂ ਹੈ, ਇਹ ਸਾਰੀ ਕਾਇਨਾਤ ਦੀ ਸਿਰਜਣਾ ਗੁਰਮੁਖੋ, ਇਹੀ ਤਾਂ ਪਰਮਾਤਮਾ ਦਾ ਕਾਰਜ ਹੈ। ਉਹ ਆਪਣੀ ਕਾਰਜ ਵਿੱਚ ਸਮਾਇਆ ਹੋਇਆ ਹੈ, ਉਹ ਆਪਣੀ ਰਚਨਾ ਵਿੱਚ ਸਮਾਇਆ ਹੋਇਆ ਹੈ, ਇਹੀ ਤਾਂ ਹੈ। ਸਨਾਤਨ ਵੈਦਿਕ ਧਰਮ ਦੀ ਫਿਲੋਸਫੀ ਕਹਿੰਦੀ ਹੈ ਕਿ ਵਾਹਿਗੁਰੂ ਪਰਮੇਸ਼ਰ ਮੂਰਤੀ ਵਿੱਚ ਸਮਾਇਆ ਹੋਇਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਜਿੰਨੇ ਸਾਰੇ ਜੀਵਨੇ ਇਹ ਵਾਹਿਗੁਰੂ ਦੀਆਂ ਬਣਾਈਆਂ ਮੂਰਤੀਆਂ ਨੇ, ਇਹ ਮੂਰਤੀਆਂ ਵਾਹਿਗੁਰੂ ਜੀ ਨੇ ਆਪ ਬਣਾਈਆਂ ਨੇ, ਵਾਹਿਗੁਰੂ ਜੀ ਇਹਨਾਂ ਅੰਦਰ ਬੈਠੇ ਹੋਏ ਹਨ। ਇੱਕ ਉਹ ਮੂਰਤੀ ਨਾ ਜੋ ਇੱਕ ਮੂਰਤੀ ਉਹ ਆ ਜਿਹੜੀ ਕਿਸੇ ਕਾਰੀਗਰ ਨੇ ਬਣਾਈ ਹੈ, ਇੱਕ ਆਪਾਂ ਸਾਰੀਆਂ ਮੂਰਤੀਆਂ ਬੈਠੇ ਹਾਂ ਵਾਹਿਗੁਰੂ ਨੇ ਬਣਾਈਆਂ। ਜਿਹੜਾ ਸਾਡੀ ਰਚਨਾ ਹੈ
ਉਹ ਵਾਹਿਗੁਰੂ ਦਾ ਕਾਰਜ ਹੀ ਹੈ ਨਾ। ਇਸ ਕਰਕੇ ਆਪਣੇ ਕਾਰਜ ਮੈਂ ਆਪ ਸਮਾਇਆ, ਸੋਦਤ 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 ਸੀਜਿਆ। ਵਿਚਾਰਦਿਆਂ ਵਿਚਾਰਦਿਆਂ ਵਿਚਾਰ ਤਿੰਨ ਵਾਰ ਕਿਹਾ, ਸਮਝਦਿਆਂ ਸਮਝਦਿਆਂ ਸਮਝਦਿਆਂ। ਸੋਦਤ ਦਾ ਕੀ ਅਰਥ ਹੈ? ਸਮਝਦਿਆਂ ਸਮਝਦਿਆਂ ਵਿਚਾਰਦਿਆਂ ਵਿਚਾਰਦਿਆਂ ਸੀਜਿਆ, ਇਹ ਸਮਝਿਆ, ਇਹ ਪਹਿਚਾਨਿਆ। ਪਹਿਚਾਣ ਕਰਦਿਆਂ 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 ਮੈਨੂੰ ਇਹ ਪਹਿਚਾਣ ਆਈ, ਉਹਨੂੰ ਸਮਝਦਿਆਂ 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 ਮੈਂ ਇਹ ਸਮਝਿਆ। ਕੀ ਸਮਝਿਆ? ਗੁਰਪ੍ਰਸਾਦ ਤਤ ਸਭ ਬੂਝਿਆ। ਤਤ ਕੀ ਹੁੰਦਾ? ਅਖੀਰਲਾ ਸੱਚ। ਤਤ ਕੀ ਹੁੰਦਾ ਜੀ? ਬੋਲੋ, ਤਤ ਕੀ ਹੁੰਦਾ ਜੀ? ਅਖੀਰਲਾ ਸੱਚ। ਜਿਵੇਂ ਸੌਖਾ ਜਿਹਾ ਲੈ ਲਓ ਆਪਾਂ, ਵੀ ਦੁੱਧ ਦਾ ਤਤ ਕੀ ਹੈ? ਘਿਓ। ਦੁੱਧ ਤੋਂ ਬਾਅਦ ਉਹਦੀ ਦਹੀਂ ਬਣ ਜਾਏਗੀ, ਦਹੀਂ ਤੋਂ ਬਾਅਦ ਉਹਦੀ ਜਿਹੜੀ ਹੈ ਉਹ ਲੱਸੀ ਬਣ ਜਾਏਗੀ, ਮੱਖਣੀ ਬਣ ਜਾਏਗੀ, ਮੱਖਣੀ ਤੋਂ ਬਾਅਦ ਉਹਦਾ ਘਿਓ ਬਣ ਜਾਏਗਾ। ਘਿਓ ਤੋਂ ਬਾਅਦ ਤਾਂ ਕੁਛ ਨਹੀਂ ਬਣਨਾ, ਅਖੀਰ ਉਹੀ ਹੈ ਨਾ। ਤਤ ਕੀ ਹੁੰਦਾ? ਅਖੀਰਲਾ ਸੱਚ। ਤੂੰ ਪਾਤਸ਼ਾਹ ਕਹਿੰਦੇ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ, ਗੁਰਪ੍ਰਸਾਦ ਗੁਰੂ ਦੀ ਬਖਸ਼ੀ ਹੋਈ ਅਕਲ ਦੇ। ਗੁਰੂ ਦੀ ਕਿਰਪਾ ਕੀ ਹੁੰਦੀ ਹੈ? ਗੁਰੂ ਦੀ ਅਕਲ, ਗੁਰੂ ਦੀ ਬਖਸ਼ੀ ਸੋਝੀ, ਇਹ ਗੁਰੂ ਦੀ ਕਿਰਪਾ ਨਾ। ਗੁਰਪ੍ਰਸਾਦ ਤਤ ਸਭ ਬੁੱਝਿਆ। ਸਭ ਥਾਵਾਂ ਉੱਪਰ, ਸਭ ਬੁੱਝਦਾ ਕੀ ਅਰਥ ਹੈ? ਸਭ ਥਾਵਾਂ ਉੱਪਰ ਬੁੱਝ ਲਿਆ, ਪਹਿਚਾਣ ਲਿਆ ਮੈਂ ਉਸ ਤੱਤ ਨੂੰ, ਉਸ ਅਖੀਰਲੇ ਸੱਚ ਵਾਹਿਗੁਰੂ ਨੂੰ। ਹੁਣ ਕੀ ਹੈ? ਜਬ ਦੇਖੋ, ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਭਾਈ ਹੁਣ ਮੈਂ ਜਦੋਂ ਵੀ ਦੇਖਦਾ ਹਾਂ, ਜਦੋਂ ਵੀ, ਜਬ ਦੇਖੋ ਤਬ ਸਭ ਕਿਛ, ਸਾਰੀ ਕਾਇਆ ਨਾਤੀ, ਸਭ ਕੁਛ ਜੋ ਦਿਖ ਰਿਹਾ ਹੈ। ਮੂਲ, ਮੂਲ ਕੀ ਹੁੰਦਾ? ਮੁੱਢ, ਜੜ। ਹੁਣ ਇਹਨੂੰ ਉਦਾਹਰਣ ਲੈ ਕੇ ਸਮਝੀਏ, ਸਮਾਪਤੀ ਵੱਲ ਆਈਏ ਆਪਾਂ। ਜਬ ਦੇਖੋ ਤਬ ਸਭ ਕਿਛ ਮੂਲ। ਜਦੋਂ ਮੈਂ ਵਾਹਿਗੁਰੂ ਜੀ ਆਪ ਜੀ ਨੂੰ ਦੇਖਦਾ ਹਾਂ, ਮੈਨੂੰ ਸਭ ਕੁਛ ਮੂਲ ਹੀ ਲੱਗਦਾ, ਮੁੱਢ ਹੀ ਲੱਗਦਾ, ਜੜ ਤੂੰ ਹੀ ਲੱਗਦਾ। ਗੁਰਮੁਖੋ, ਇੱਕ ਪੇੜ ਹੈ ਨਾ, ਦਰਖਤ ਹੈ, ਉਹਦੀਆਂ ਟਾਹਣੀਆਂ ਕਿਸੇ ਹੋਰ ਰੰਗ ਦੀਆਂ ਨੇ, ਪੱਤੇ ਕਿਸੇ ਹੋਰ ਰੰਗ ਦੇ ਨੇ, ਉਸੇ ਦਰਖਤ ਦੇ ਫਲ ਕਿਸੇ ਹੋਰ ਰੰਗ ਦੇ ਨੇ, ਫੁੱਲ ਕਿਸੇ ਹੋਰ ਰੰਗ ਦਾ। ਇੱਕ ਵਾਰੀ ਆਖੋ ਵਾਹਿਗੁਰੂ ਵਾਹਿਗੁਰੂ। ਇੱਕੋ ਹੀ ਦਰਖਤ ਹੈ, ਉਹਦੀ ਟਾਹਣੀ ਵੱਖਰੀ ਹੈ, ਵੱਖਰੇ ਰੰਗ ਦੀ ਹੈ, ਪੱਤੇ ਵੱਖਰੇ ਰੰਗ ਦੇ ਹੈ, ਫੁੱਲ ਵੱਖਰੇ ਰੰਗ ਦਾ, ਫਲ ਵੱਖਰੇ ਰੰਗ ਦਾ। ਵੱਖੋ ਵੱਖਰੇ ਰੰਗਾਂ ਦੇ ਇਹ ਫਲ ਫੁੱਲ ਪੱਤੇ ਇੱਕੋ ਹੀ ਜੜ ਦੇ ਵਿੱਚੋਂ ਪੈਦਾ ਹੋਏ ਹੈ। ਜੜ ਸਭ ਦੀ ਇੱਕੋ ਹੀ ਹੈ ਨਾ, ਮੂਲ ਸਭ ਦਾ, ਇਹਦਾ ਅਰਥ ਕਿਵੇਂ? ਮੂਲ ਸਭ ਦਾ ਇੱਕੋ ਹੀ ਹੈ ਨਾ। ਬਸ ਆਹੀ ਗੱਲ ਸਮਝਣੀ ਹੈ। ਜਦੋਂ ਇਹ ਗੱਲ ਸਮਝ ਲੱਗ ਗਈ ਨਾ, ਫਿਰ ਅਸੀਂ ਇੱਦਾਂ ਰੂਪ ਰੰਗ ਵੱਲ ਨਹੀਂ ਦੇਖਾਂਗੇ ਵੀ ਇਹ ਇਹ ਰੰਗ ਚੰਗਾ ਅਤੇ ਇਹ ਰੰਗ ਮਾੜਾ। ਧਿਆਨ ਦਿਓ ਜੀ, ਕਈ ਵਾਰ ਹੁੰਦਾ ਨਹੀਂ ਇੱਦਾਂ? ਵੇਖੋ ਜੀ, ਲਾਲ ਰੰਗ 'ਤੇ ਹਿੰਦੂਆਂ ਦਾ, ਹਰਾ ਰੰਗ 'ਤੇ ਮੁਸਲਮਾਨਾਂ ਦਾ, ਨੀਲਾ 'ਤੇ ਸਿੱਖਾਂ ਦਾ। ਇੱਦਾਂ ਇੱਦਾਂ ਕਹਿ ਦਿੰਦੇ ਨਾ, ਇਹ ਸਾਡੇ ਦਿਮਾਗ ਵਿੱਚ ਬਾਹਰੀ ਤੌਰ 'ਤੇ ਬਿਠਾਇਆ ਗਿਆ।
ਹਿੰਦੂ ਦੇ ਘਰ ਵਿੱਚ ਜੋ ਦਰਖਤ ਲੱਗਿਆ ਹੋਇਆ ਉਹਦਾ ਰੰਗ ਹਰਾ ਹੀ ਹੈ, ਜਿਹੜਾ ਮੁਸਲਮਾਨ ਦੇ ਅੰਦਰ ਖੂਨ ਚੱਲਦਾ ਪਿਆ ਉਹਦਾ ਰੰਗ ਲਾਲ ਹੀ ਹੈ, ਜਿਹੜਾ ਹਿੰਦੂ ਅਤੇ ਮੁਸਲਮਾਨ ਦੇ ਸਿਰ ਦੇ ਉੱਪਰ ਅਸਮਾਨ ਹੈ ਉਹਦਾ ਰੰਗ ਨੀਲਾ ਹੀ ਹੈ। ਇਹਦਾ ਅਰਥ ਜੇ ਅਸੀਂ ਇਹ ਰੰਗ ਵੀ ਆਹ ਰੰਗ ਸਿੱਖਾਂ ਦਾ, ਆਹ ਮੁਸਲਮਾਨਾਂ ਦਾ, ਆਹ ਹਿੰਦੂਆਂ ਦਾ, ਇਹ ਸਾਡੀ ਬੁੱਧੀ ਵਿੱਚੋਂ ਨਿਕਲੀ ਹੋਈ ਗੱਲ ਹੈ ਨਾ, ਸੌਖਾ ਅਰਥ ਹੀ ਬਣਿਆ ਇਹਦਾ। ਇਸ ਕਰਕੇ ਇੱਦਾਂ ਕਈ ਕਈ ਵਾਰ ਨਾ ਇੱਦਾਂ ਹੁੰਦਾ, ਵੈਸੇ ਮੈਂ ਤਾਂ ਨਹੀਂ ਇਹ ਕੰਮ, ਕਈ ਵਾਰ ਨਾ ਕੋਈ ਗੁਰਦੁਆਰਾ ਸਾਹਿਬ ਦਾ ਭਾਈ ਲਾਲ ਰੰਗ ਬੰਨ ਲਏ, ਇੱਦਾਂ ਵੀ ਪੱਗ ਲਾਲ ਰੰਗ ਦੀ ਬੰਨ ਲਈ ਇੱਦਾਂ, ਵੈਸੇ ਤਾਂ ਇਹ ਹੈ ਵੀ ਡਰੈਸ ਕੋਡ ਹੋਣਾ ਚਾਹੀਦਾ, ਇਹਦੇ ਨਾਲ ਸਹਿਮਤੀ ਆਪਣੀ ਵੀ, ਜਿਵੇਂ ਹਰ ਇੱਕ ਜਿਹੜਾ ਹੈ ਉਸ ਸਥਾਨ ਦੇ ਉੱਤੇ ਹਰ ਇੱਕ ਸੇਵਾਦਾਰ ਦਾ, ਹਰ ਇੱਕ ਮੁਲਾਜ਼ਮ ਦਾ ਕੋਈ ਡਰੈਸ ਕੋਡ ਹੁੰਦਾ ਉਹ ਹੋਣਾ ਚਾਹੀਦਾ। ਜਿਹੜੇ ਸਾਡੇ ਰਵਾਇਤੀ ਰੰਗ ਨੇ, ਇਹ ਸਾਡੀਆਂ ਰਵਾਇਤਾਂ, ਨੀਲਾ ਰੰਗ ਹੈ, ਕੇਸਰੀ ਰੰਗ ਹੈ, ਜਿਹੜਾ ਹੈ ਚਿੱਟਾ ਰੰਗ ਹੈ, ਇਹ ਸਾਡਾ ਕਾਲਾ ਰੰਗ ਹੈ, ਇਹ ਸਾਡੀਆਂ ਸਿੱਖ ਰਵਾਇਤਾਂ ਵਿੱਚੋਂ ਨਿਕਲੇ ਆ। ਪਰ ਕਈ ਵਾਰ ਕੋਈ ਕਹਿੰਦਾ ਮੈਂ ਲਾਲ ਰੰਗ ਬੰਨਣਾ, ਹੈ ਤੂੰ ਸਿੱਖ ਹੋ ਕੇ ਲਾਲ ਰੰਗ ਬੰਨੀ ਫਿਰਦਾ ਵੀ ਇੱਦਾਂ, ਜਿਹੜਾ ਭਾਈ ਖੂਨ ਆ ਵੀ ਤਾਂ ਲਾਲ ਰੰਗ ਦਾ ਹੀ ਹੈ ਅੰਦਰ, ਮਤਲਬ ਕਿ ਅਸੀਂ ਮੂਲ ਤੱਤ ਨੂੰ ਨਹੀਂ ਦੇਖਦੇ ਵੀ ਤੱਤ ਕੀ ਹੈ। ਮੂਲ ਤੱਤ ਵੱਖ, ਇੱਕ ਦਰਖਤ ਦੇ ਰੰਗ, ਟਾਹਣੀਆਂ ਦਾ ਰੰਗ ਵੱਖਰਾ ਹੈ, ਪੱਤਿਆਂ ਦਾ ਰੰਗ ਵੱਖਰਾ ਹੈ, ਫੁੱਲ ਦਾ ਰੰਗ ਵੱਖਰਾ ਹੈ, ਫਲ ਦਾ ਰੰਗ ਵੱਖਰਾ ਹੈ, ਪਰ ਜਿਹੜੀ ਜੜ ਹੈ ਸਭ ਦੀ ਇੱਕੋ ਹੀ ਹੈ। ਜਬ ਦੇਖੋ, ਜਦੋਂ ਵਾਹਿਗੁਰੂ ਜੀ ਮੈਂ ਦੇਖਦਾ ਹਾਂ ਤਬ ਸਭ ਕੁਛ ਮੂਲ ਮੈਨੂੰ ਅਤੇ ਸਭ ਕੁਛ ਪਰਮਾਤਮਾ ਤੇਰਾ ਮੋਢੀ ਲੱਗਦਾ ਵੀ ਸਭ ਤੇਰੇ ਵਿੱਚੋਂ ਹੀ ਪੈਦਾ ਹੋਏ ਹੈ, ਜੋ ਕੁਛ ਹੈ ਵਾਹਿਗੁਰੂ ਤੇਰਾ ਹੀ ਮੂਲ ਹੈ, ਤੂੰ ਸਭ ਦਾ ਮੁੱਢ ਹੈ। ਸਿੱਖ ਦੀ ਗੁਰਮੁਖ ਇੱਕ ਬਿਰਤੀ, ਇੱਕ ਕਰਕੇ ਬੇਨਤੀ ਮੈਂ ਸਮਾਪਤੀ ਕਰਾਂ, ਸਿੱਖ ਦੀ ਨਾ ਇੱਕ ਬਿਰਤੀ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਤਖ਼ਤ 'ਤੇ ਬੈਠੇ, ਸਿੱਖਾਂ ਨੇ ਪੁੱਛਿਆ ਸਤਿਗੁਰੂ ਪਾਤਸ਼ਾਹ ਜਦੋਂ ਵੀ ਸੰਸਾਰ ਵਿੱਚ ਮਹਿਮਾ ਹੁੰਦੀ ਹੈ ਉਦੋਂ ਸ਼ੇਰ ਨੂੰ ਬਹਾਦਰ ਮੰਨਿਆ ਜਾਂਦਾ, ਸ਼ਿਕਾਰ 'ਤੇ ਕੁੱਕਰ ਵੀ ਬਹੁਤ ਕਰਦਾ, ਔਰ ਸੱਚ ਹੈ ਸ਼ੇਰ ਦੇ ਨਾਲੋਂ ਕਈ ਵਾਰ ਕੁੱਕਰ ਸ਼ਿਕਾਰ ਬਹੁਤੇ ਕਰਦਾ, ਜਿਹੜੇ ਜੰਗਲੀ ਕੁੱਤੇ ਹੁੰਦੇ ਨੇ। ਪਰ ਪਾਤਸ਼ਾਹ ਮਹਿਮਾ ਸ਼ੇਰ ਦੀ ਕਿਉਂ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜਦੋਂ ਕਿ ਸ਼ੇਰ ਤੋਂ ਤਾਕਤਵਰ ਵੀ ਹੋਰ ਜੀਵ ਜੰਗਲ ਵਿੱਚ ਰਹਿੰਦੇ ਨੇ, ਸ਼ੇਰ ਤੋਂ ਵੱਧ ਫੁਰਤੀਲੇ ਵੀ ਰਹਿੰਦੇ ਆ, ਸ਼ੇਰ ਤੋਂ ਵੱਧ ਤਕੜੇ ਤਾਕਤਵਰ ਵੀ ਰਹਿੰਦੇ ਆ। ਤਾਂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਭਾਈ ਗੁਰਸਿੱਖੋ ਜਿਹੜੀ ਸ਼ੇਰ ਦੀ ਬਿਰਤੀ ਹੈ ਨਾ ਉਹਦੀ ਬਿਰਤੀ ਦਾ ਫਰਕ ਹੈ, ਕਦੇ ਕੁੱਕਰ ਦੇ ਸੋਟੀ ਮਾਰੀਏ ਅਤੇ ਕੁੱਕਰ ਸੋਟੀ ਵੱਲ ਭੱਜਦਾ। ਇੱਕ ਵਾਰੀ ਆਖੋ ਵਾਹਿਗੁਰੂ। ਕੁੱਕਰ ਦੇ ਸੋਟੀ ਮਾਰੀਏ ਅਤੇ ਕੁੱਕਰ ਸੋਟੀ ਵੱਲ ਭੱਜਦਾ, ਸ਼ੇਰ ਦੇ ਸੋਟੀ ਮਾਰੀਏ ਸ਼ੇਰ ਸੋਟੀ ਵੱਲ ਨਹੀਂ ਭੱਜਦਾ, ਜਿਹਦੇ ਹੱਥ ਸੋਟੀ ਫੜੀ ਹੋਈ ਆ ਉਹਦੇ ਵੱਲ ਭੱਜਦਾ। ਤੋ ਸਿੱਖ ਦੀ ਜਿਹੜੀ ਬਿਰਤੀ ਹੈ ਨਾ ਉਹ ਸ਼ੇਰ ਵਰਗੀ ਹੈ, ਸ਼ੇਰ ਕਦੇ ਵੀ, ਸਿੱਖ ਕਦੇ ਵੀ ਤਾਕਤ ਵਾਲੇ ਪਾਸੇ ਨਹੀਂ ਭੱਜਦਾ, ਜਿਹੜਾ ਤਾਕਤ ਬਖਸ਼ਣ ਵਾਲਾ ਵਾਹਿਗੁਰੂ ਹੈ ਉਹਦੇ ਵੱਲ ਭੱਜਦਾ। ਇਹ ਤਾਕਤ ਤਾਂ ਉਸ ਵਾਹਿਗੁਰੂ ਦੀ ਹੈ। ਇਸ ਕਰਕੇ ਗੁਰਮੁਖੋ ਸਭ ਦਾ ਮੂਲ ਹੈ ਉਹ ਇੱਕ ਵਾਹਿਗੁਰੂ ਪਰਮੇਸ਼ਰ ਹੀ ਹੈ। ਜਬ ਦੇਖੋ
ਤਬ ਸਭ ਕਿਛ ਮੂਲ ਨਾਨਕ ਸੋ ਸੂਖਮ। ਸੂਖਮ ਕੀ ਹੁੰਦਾ? ਸਰੀਰ ਤੋਂ ਰਹਿਤ। ਸੋਈ ਅਸਥੂਲ ਦ੍ਰਿਸ਼ਟਮਾਨ ਸੰਸਾਰ। ਭਾਵੇਂ ਦ੍ਰਿਸ਼ਟਮਾਨ ਹੈ ਭਾਵੇਂ ਜੋਤ ਰੂਪ ਹੈ, ਸਭ ਕੁਛ ਵਾਹਿਗੁਰੂ ਪਰਮੇਸ਼ਰ ਤੇਰਾ ਹੀ ਹੈ, ਸਭ ਤੇਰੇ ਵਿੱਚੋਂ ਹੀ ਪੈਦਾ ਹੋਏ ਹਨ, ਪਾਤਸ਼ਾਹ ਕਿਰਪਾ ਕਰਨ। ਇਹ ਸੀ ਗੁਰਮੁਖੋਂ ਅੱਜ ਦੇ ਪਾਵਨ ਪਦੇ ਦੀ ਵਿਚਾਰ। ਸੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਇੱਕ ਵਾਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।